ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫੇਸਬੁੱਕ ਦੇ ਮਾਧਿਅਮ ਰਾਹੀਂ ਜੋ ਕਿ ਲਾਈਵ ਹੋਏ ਅੱਜ, ਕੱਲ੍ਹ ਸਾਡੇ ਜਲੰਧਰ ਔਫਿਸ ਜੋ ਕਿ ਨਿਊ ਬ੍ਰਾਂਚ ਅਸੀਂ ਓਪਨ ਕੀਤੀ ਹੈ ਐਪੈਕਸ ਟਾਵਰ ਗਰਾਊਂਡ ਫਲੋਰ 'ਤੇ ਨੀਅਰ ਬੱਸ ਸਟੈਂਡ ਰੈਜੀਡੈਂਸੀ ਹੋਟਲ ਦੇ ਨਾਲ ਬਿਲਕੁਲ ਸਾਹਮਣੇ। ਸੋ ਕੱਲ੍ਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿੱਥੇ ਕਿ ਤੁਸੀਂ ਮੈਨੂੰ ਮਿਲ ਸਕਦੇ ਹੋ ਅਤੇ ਮਿਸਟਰ ਪੁਨੀਤ ਖੰਨਾ ਜੋ ਕਿ ਸਾਡੇ MD ਹੈ ਮੈਨੇਜਿੰਗ ਡਾਇਰੈਕਟਰ। ਤੁਸੀਂ 10 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਓਮ ਗਲੋਬਲ ਦੇ ਔਫਿਸ ਪਹੁੰਚ ਕੇ ਆਪਣੀ ਔਨ ਦਾ ਸਪੋਟ ਔਫਰ ਲੈਟਰ ਪ੍ਰਾਪਤ ਕਰ ਸਕਦੇ ਹੋ। ਇਹ ਸੈਮੀਨਾਰ ਉਹਨਾਂ ਸਟੂਡੈਂਟ ਲਈ ਹੈ ਜੋ ਕਿ ਕੈਨੇਡਾ ਜਾਣਾ ਚਾਹੁੰਦੇ ਨੇ ਅਤੇ ਰਿਫਿਊਜ਼ ਹੋ ਚੁੱਕੇ ਆ, ਅਤੇ ਨਾਲ ਹੀ ਜੋ ਜਿਨ੍ਹਾਂ ਦੇ ਇੱਕ ਮੋਡਿਊਲ 'ਚੋਂ 5.5 ਹੈ ਅਤੇ ਓਵਰਆਲ 6 ਬੈਂਡ ਨੇ ਜਿਨ੍ਹਾਂ ਦਾ ਕੋਈ ਹੱਥ ਨਹੀਂ ਫੜ ਰਿਹਾ, ਕਹਿ ਰਹੇ ਨੇ ਵੀ ਇਨਟੇਕ ਖਤਮ ਹੈ ਅਤੇ 6 ਈਚ ਨਾਲ ਹੀ ਔਫਰ ਲੈਟਰ ਆਵੇਗੀ। ਸੋ ਜਿਨ੍ਹਾਂ ਦੇ ਓਵਰਆਲ 6 ਬੈਂਡ ਨੇ 5.5 ਈਚ ਨੇ, ਸੋ ਮੌਕੇ 'ਤੇ ਫਾਇਦਾ ਉਠਾਓ। ਸਾਡੇ ਕੱਲ੍ਹ ਔਫਿਸ ਵਿੱਚ ਆ ਕੇ ਤੁਸੀਂ ਮੈਨੂੰ ਮਿਲੋ ਅਤੇ ਮਿਸਟਰ ਪੁਨੀਤ ਖੰਨਾ ਜੀ ਨੂੰ ਮਿਲੋ, ਅਤੇ ਕੋਈ ਵੀ ਪੈਸਾ ਤੁਹਾਡੇ ਤੋਂ ਐਡਵਾਂਸ ਨਹੀਂ ਲਿਆ ਜਾਏਗਾ। ਐਡਵਾਂਸ ਮੀਨਸ ਨਾ ਕੋਈ ਔਫਰ ਲੈਟਰ, ਨਾ ਕੋਈ ਅੰਬੈਸੀ ਫੀਸ, ਕੋਈ ਵੀ ਪੈਸਾ ਐਡਵਾਂਸ ਦਾ ਮਤਲਬ ਨਾ ਕੋਈ ਅੰਬੈਸੀ ਫੀਸ, ਨਾ ਕੋਈ ਔਫਰ ਲੈਟਰ ਦੀ ਫੀਸ, ਕੁਛ ਵੀ ਤੁਹਾਡੇ ਤੋਂ ਐਡਵਾਂਸ ਨਾ ਕੋਈ ਪ੍ਰੋਸੈਸਿੰਗ ਫੀਸ ਲਈ ਜਾਵੇਗੀ। ਅਤੇ ਤੁਹਾਡੀ 15 ਤੋਂ 20 ਦਿਨ ਵਿੱਚ ਫਾਈਲ ਅੰਬੈਸੀ ਵਿੱਚ ਸਬਮਿਟ ਕਰ ਦਿੱਤੀ ਜਾਵੇਗੀ। ਚਾਹੇ ਤੁਸੀਂ ਗੌਰਮੈਂਟ ਕਾਲਜ 'ਚ ਜਾਓ, ਚਾਹੇ ਤੁਸੀਂ ਪ੍ਰਾਈਵੇਟ ਕਾਲਜ 'ਚ, ਤੁਹਾਡੇ ਤੋਂ ਕੋਈ ਵੀ ਪੈਸਾ ਐਡਵਾਂਸ ਨਹੀਂ ਲਿਆ ਜਾਏਗਾ। ਫੀਸ ਵੀ ਓਮ ਗਲੋਬਲ ਤੋਂ ਆਪ ਭਰੀ ਜਾਵੇਗੀ। ਸੋ ਜਿਨ੍ਹਾਂ ਸਟੂਡੈਂਟ ਨੇ ਕੈਨੇਡਾ ਜਾਣਾ ਹੈ, ਖਾਸ ਕੈਨੇਡਾ ਵਾਲੇ ਸਟੂਡੈਂਟ ਲਈ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਕੱਲ੍ਹ ਸਾਡੇ ਜਲੰਧਰ ਔਫਿਸ 24 ਤਰੀਕ, ਯਾਨੀ ਕਿ ਟਾਈਮ ਨੋਟ ਕਰੋ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਉੱਥੇ ਮੈਨੂੰ ਅਤੇ ਮਿਸਟਰ ਪੁਨੀਤ ਖੰਨਾ ਨੂੰ ਅਤੇ ਪੂਰੀ ਸਾਡੀ ਓਮ ਗਲੋਬਲ ਦੀ ਟੀਮ ਨੂੰ ਮਿਲ ਸਕਦੇ ਹੋ। ਰਿਫਿਊਜ਼ਲ ਕੇਸ ਨੂੰ ਮੋਸਟ ਵੈਲਕਮ ਹੈ, ਜੋ ਕਿ 1 ਵਾਰੀ 2 ਵਾਰੀ 4 ਵਾਰੀ ਰਿਫਿਊਜ਼ ਹੋ ਚੁੱਕੇ ਨੇ। ਰਿਫਿਊਜ਼ਲ ਕੇਸ ਮੋਸਟ ਵੈਲਕਮ ਉਹਨਾਂ ਨੂੰ ਜੋ ਕਿ ਇਹ ਸੋਚਦੇ ਹੈ ਕਿ ਉਹਨਾਂ ਦਾ ਦੁਬਾਰਾ ਵੀਜ਼ਾ ਨਹੀਂ ਲੱਗੇਗਾ। ਓਮ ਗਲੋਬਲ ਕੇਸ ਹੀ ਉਸ ਦਾ ਪਕੜੇਗਾ ਜਿਸ ਦਾ ਸੋ ਦੁਬਾਰਾ ਫਿਰ ਇੱਕ ਵਾਰ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਕੱਲ੍ਹ ਨੂੰ 24 ਜੂਨ, ਯਾਨੀ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਲੰਧਰ ਔਫਿਸ ਐਡਰੈਸ ਨੋਟ ਕਰ ਲਓ, ਐਪੈਕਸ ਟਾਵਰ ਗਰਾਊਂਡ ਫਲੋਰ ਨੀਅਰ ਬੱਸ ਸਟੈਂਡ ਓਮ ਗਲੋਬਲ ਦਾ ਨਿਊ ਔਫਿਸ, ਕੱਲ੍ਹ ਹੀ ਉਸ ਦੀ ਓਪਨਿੰਗ ਹੈ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੱਲ੍ਹ ਮਿਲਦੇ ਹਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ।